ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੇ ਪੰਜਾਬ ਦੀ ਹੋਂਦ ਨੂੰ ਖਤਰੇ ਵਿੱਚ ਦੱਸਦਿਆਂ ਕਿਹਾ ਕਿ ਪੰਜਾਬ ਕੋਲ ਦੋ ਚੀਜ਼ਾਂ ਸਿਰਫ 15-15 ਸਾਲਾਂ ਦੇ ਲਈ ਹੀ ਬਚੀਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਤਾਂ ਜਵਾਨੀ ਹੈ ਜੋ ਬਾਹਰ ਜਾ ਰਹੀ ਹੈ ਅਤੇ ਦੂਜਾ ਪਾਣੀ ਜੋ ਸਿਰਫ 15 ਕੁ ਸਾਲਾਂ ਦੇ ਲਈ ਹੀ ਬਚਿਆ ਹੈ। ਉਹਨਾਂ ਨੇ ਪੰਜਾਬੀਆਂ ਨੂੰ ਇਸ ਦੀ ਹੋਂਦ ਬਚਾਉਣ ਦੇ ਲਈ ਹਮਲਾ ਮਾਰਨ ਲਈ ਕਿਹਾ। ਲੱਖਾ ਸਿਧਾਣਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਵੀ ਵਰੇ। ਸਿਧਾਣਾ ਨੇ ਕਿਹਾ ਕਿ ਅੱਜ ਵੜਿੰਗ ਮੱਤੇ ਵਾਲਾ ਜੰਗਲ ਨੂੰ ਕਿਹੜੇ ਮੂੰਹ ਨਾਲ ਬਚਾਉਣ ਦੇ ਲਈ ਆਏ ਨੇ, ਕਿਉਂਕਿ ਉਹਨਾਂ ਦੀ ਸਰਕਾਰ ਵੇਲੇ ਹੀ ਇਹ ਪ੍ਰੋਜੈਕਟ ਸ਼ੁਰੂ ਕਰਨ ਦਾ ਫੈਸਲਾ ਆਇਆ ਸੀ। ਦੋ ਬੰਦੇ ਬੋਲੇ ਉਹ ਸਰਕਾਰ 'ਚ ਰਹਿ ਕੇ ਵੀ ਰਾਜਾ ਵੜਿੰਗ ਅੱਜ ਕਹਿੰਦਾ ਕਿ ਮੈਂ ਮੱਤੇ ਵਾਲਾ ਬਚਾਊਂਗਾ। ਪੁੱਛੋ ਨਾ ਯਾਰ ਤੇਰਾ ਕੈਪਟਨ ਨੇ ਮਤਾ ਪਿਆ ਸੀ ਕਿੱਥੇ ਸੀ ਰਾਜਾ ਵੜਿੰਗ ਬਈ, ਇੱਥੇ ਫੋਟੋ ਲਾ ਕੇ ਸੁਣ ਲੈ ਬਾਈ। ਪੂਰੀ ਟੱਕ ਲਾ ਕੇ ਗਈ ਸੀ ਜਿਵੇਂ ਮਾਮਲਾ ਦੇ ਫਿਰਦੇ ਆ। ਇਹ ਕਹਿੰਦੇ ਬੇਅੰਤਾ ਬੱਚਾ ਸਾਡਾ ਪਿਆ ਹੋਇਆ, ਉਹੀ ਬੇਅੰਤਾ ਜਿਹਨੇ ਸਾਡੀ ਜਵਾਨੀ ਨੂੰ ਕੋਲ ਕੋਲ ਮਾਰਿਆ। ਅੱਜ ਕਿਹੜੇ ਮੂੰਹ ਨਾਲ ਮੱਤੇ ਵਾਲੇ ਨੂੰ ਬਚਾਉਣਗੇ ਯਾਰ। ਹਾਲਾਂਕਿ ਰਾਜਾ ਵੜਿੰਗ ਪਿਛਲੀ ਕੈਪਟਨ ਸਰਕਾਰ ਵੱਲੋਂ ਕੀਤੀ ਗਈ ਇਸ ਗਲਤੀ ਦੇ ਲਈ ਅੱਜ ਸਾਰੇ ਲੋਕਾਂ ਤੋਂ ਮਾਫ਼ੀ ਵੀ ਮੰਗ ਚੁੱਕੇ ਨੇ। ਰਾਜਾ ਵੜਿੰਗ ਨੇ ਮਾਫ਼ੀ ਮੰਗਦਿਆਂ ਕਿਹਾ ਕਿ ਇਹ ਪ੍ਰੋਜੈਕਟ ਸਾਡੇ ਸਮੇਂ ਜ਼ਰੂਰ ਸ਼ੁਰੂ ਹੋਇਆ ਸੀ, ਜਿਸ ਦੀ ਅਸੀਂ ਵਿਧਾਨ ਸਭਾ ਵਿੱਚ ਖੜ੍ਹੇ ਹੋ ਕੇ ਨਿੰਦਾ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬਿਊਰੋਕਰੇਸੀ ਦਾ ਜ਼ੋਰ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਵਿੱਚ ਲੀਡਰਾਂ ਅਤੇ ਆਮ ਜਨਤਾ ਦੀ ਸੁਣਵਾਈ ਘੱਟ ਸੀ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਿਆ। ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਹੁਣ ਅਸੀਂ ਆਪਣੇ ਆਪ ਨੂੰ ਸਹੀ ਕਰਨ ਦੇ ਲਈ ਇਸ ਸੰਘਰਸ਼ ਦਾ ਸਾਥ ਦੇ ਰਹੇ ਹਾਂ। ਵਾਤਾਵਰਨ ਜੰਗਲ ਨੂੰ ਉਜਾੜ ਕੇ ਸਤਲੁਜ ਨੂੰ ਖਰਾਬ ਕਰਕੇ ਸਾਨੂੰ ਇੰਡਸਟਰੀ ਨਹੀਂ ਚਾਹੀਦੀ। ਜੇ ਅਸੀਂ ਇਕੱਲੀਆਂ ਇੰਡਸਟਰੀਆਂ ਹੀ ਲਗਾਉਣ ਲੱਗ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਹ ਕਿਵੇਂ ਲੈਣਗੀਆਂ।